ਉਹਦਾ ਬਾਅਦ ਚ ਸੈਂਪਲ ਲਿੱਤਾ ਸੀ ਪੋਜ਼ਿਟਿਵ ਆਇਆ ਔਰ ਬੱਚਿਆਂ ਨੂੰ ਉਹਨਾਂ ਟ੍ਰੀਟ ਕੀਤਾ ਬੱਚਿਆਂ ਦੀ ਕੋਈ ਸੈਂਪਲਿੰਗ ਨਹੀਂ ਹੋਈ ਸਟਾਫ ਦੀ ਸੈਂਪਲਿੰਗ ਹੋ ਗਈ ਕਰਦੇ ਇੱਕ ਰੂਮ ਚ ਅਸੀਂ ਤਿੰਨ ਤਿੰਨ ਬੱਚੇ ਰਹਿ ਰਹੇ ਆ ਵੀ ਹਾਂ ਅਸੀਂ ਟਰਮੀਨੇਟ ਕਰ ਦੇਣਾ ਤੁਸੀਂ ਸਾਰੇ ਟਰਮੀਨੇਟ ਹੋ ਜਾਓਗੇ ਜਿਹਦੇ ਤੇ ਸਟੱਡੀ ਕਰ ਰਹੇ ਆ ਸਾਨੂੰ ਕੋਈ ਸੈਲਰੀ ਨਹੀਂ ਹੈ ਸਾਨੂੰ ਕੋਈ ਸੇਫਟੀ ਪ੍ਰੋਟੈਕਸ਼ਨ ਵੀ ਨਹੀਂ ਦਿੱਤੀ ਜਾ ਰਹੀ खबर लेंदे आ पटियाले तो पटियाला शहर के सरकारी माता कौशल्या होस्पिटल दे विच थर्ड ईयर दियां स्टूडेंट्स ने होस्पिटल प्रशासन के खिलाफ प्रदर्शन किया है। उन्होंने कहा कि सीनियर स्टाफ साढ़े को 13-13 घंटे ड्यूटी लै रहे हैं पर साड़ी सेफ्टी का किसी को पूरा भी ख्याल नहीं है, ना ही तो साढ़े को मास्क है ना ही साढ़े को सैनिटाइजर है और इस तो इलावा ड्यूटी जी है 13-13 घंटे तक ले रहे हैं और इस तो इलावा जो असी सीनियर डॉक्टर के नाल गल करन दी कोशिश करते हैं तो सानू अगों सीनियर डॉक्टर टर्मीनेट करन दियां धमकियां दिंदे ने। इस संबंध में उन्होंने होर की कहा आओ सुनते हैं। अमृत तुसी किहड़े ईयर दे स्टूडेंट हो? जी एनएम थर्ड ईयर। तुहाडी इंटर्नशिप चल रही है? नहीं। तुसी हुण की दिक्कत की है तुहानू? ਸਾਨੂੰ ਦਿੱਕਤ ਇਹ ਹੈ ਮੀਨਸ ਬੱਚੇ ਮਾਰਨਿੰਗ ਈਵਨਿੰਗ ਨਾਈਟ ਸ਼ਿਫਟਾਂ ਲਾਉਂਦੇ ਆ ਨਾਈਟ 12-13 ਘੰਟੇ ਦੀ ਹੁੰਦੀ ਹੈ ਸਾਡੀ ਔਰ ਸਾਨੂੰ ਨਾ ਕੋਈ ਮਾਸਕ ਪ੍ਰੋਵਾਈਡ ਹੋ ਰਹੇ ਨੇ ਨਾ ਕੋਈ ਗਲਵਸ ਪ੍ਰੋਵਾਈਡ ਕਰ ਰਹੇ ਨੇ ਇਹ ਜਿਵੇਂ ਹੁਣ ਪਰਸੋਂ ਚੌਥੇ ਇੱਕ ਐਮਰਜੈਂਸੀ 'ਚ ਪੇਸ਼ੈਂਟ ਆਇਆ ਸੀ ਸਭ ਨੂੰ ਪਤਾ ਵੀ ਉਹ ਡੈੱਡ ਸੀਗਾ ਠੀਕ ਹੈ ਉਹਦਾ ਬਾਅਦ 'ਚ ਸੈਂਪਲ ਲਿੱਤਾ ਸੀ ਪੋਜ਼ਿਟਿਵ ਆਇਆ ਔਰ ਬੱਚਿਆਂ ਨੂੰ ਉਹਦੇ ਨਾਲ ਟ੍ਰੀਟ ਕੀਤਾ ਬੱਚਿਆਂ ਦੀ ਕੋਈ ਸੈਂਪਲਿੰਗ ਨਹੀਂ ਹੋਈ ਸਟਾਫ ਦੀ ਸੈਂਪਲਿੰਗ ਹੋ ਗਈ ਬੱਚੇ ਸਾਡੇ ਨਾਲ ਹੋਸਟਲ ਦੇ ਵਿੱਚ ਰਹਿੰਦੇ ਨੇ ਠੀਕ ਹੈ ਔਰ ਇੱਕ ਦੂਜੇ ਨੂੰ ਇਨਫੈਕਸ਼ਨ ਕਰਦੇ ਇੱਕ ਰੂਮ 'ਚ ਅਸੀਂ ਤਿੰਨ ਤਿੰਨ ਬੱਚੇ ਰਹਿ ਰਹੇ ਹਾਂ ਠੀਕ ਇੱਕ ਦੂਜੇ ਨੂੰ ਇਨਫੈਕਸ਼ਨ ਹੋਏਗੀ ਉਹ ਤਾਂ ਸਭ ਨੂੰ ਪਤਾ ਹੈ ਇਸ ਚੀਜ਼ ਦਾ ਠੀਕ ਹੈ ਫਿਰ ਸਾਡੇ ਇਹ ਮਤਲਬ ਸਾਨੂੰ ਪ੍ਰੋਵਾਈਡ ਕਰਨ ਇਹ ਚੀਜ਼ਾਂ ਕੋਈ ਸੈਨੀਟਾਈਜ਼ਰ ਨਹੀਂ ਪ੍ਰੋਵਾਈਡ ਹੋ ਰਿਹਾ ਹੈਗਾ ਕੁਛ ਨਹੀਂ ਮਤਲਬ ਅਡੈਂਟ ਆ ਰਹੇ ਆ ਸਾਡੇ ਸਾਨੂੰ ਵੀ ਪਤਾ ਵੀ ਆ ਰਿਹਾ ਬਟ ਸਾਡੇ ਲਈ ਨਹੀਂ ਆ ਰਿਹਾ ਹੈਗਾ ਸਾਨੂੰ ਇਹ ਕਿਹਾ ਜਾ ਰਿਹਾ ਵੀ ਸਟਾਫ ਲਈ ਆਇਆ ਸਭ ਕੁਝ ਅਵੇ ਸਟਾਫ ਆ ਕੇ ਕੰਮ ਕਰਨ ਅਸੀਂ ਕਿਉਂ ਕੰਮ ਕਰ ਰਹੇ ਆ ਨਹੀਂ ਜਦੋਂ ਤੁਹਾਡੇ ਪ੍ਰਿੰਸੀਪਲ ਨਾਲ ਅਸੀਂ ਗੱਲ ਕੀਤੀ ਉਹ ਕਹਿੰਦੇ 6 ਘੰਟੇ ਦੀ ਡਿਊਟੀ ਹੁੰਦੀ ਹੈ ਤੁਸੀਂ ਕਹਿੰਦੇ ਨਹੀਂ ਮਾਰਨਿੰਗ ਈਵਨਿੰਗ 6 ਘੰਟੇ ਦੀ ਡਿਊਟੀ ਹੁੰਦੀ ਹੈ ਨਾਈਟ ਸਾਡੀ 13 ਘੰਟੇ ਦੀ ਹੁੰਦੀ ਹੈ ਕੀ ਤੁਸੀਂ ਡਿਊਟੀ ਮਤਲਬ ਤੁਹਾਡੇ ਕਾਲਜਾਂ 'ਚ ਹੁੰਦੀ ਹੈ ਡਿਊਟੀ ਕਿ ਤੁਸੀਂ ਇੰਟਰਨਸ਼ਿਪ ਤੇ ਹੈ ਨਹੀਂ ਫਿਰ ਡਿਊਟੀ ਨਹੀਂ ਨਹੀਂ ਇੰਟਰਨਸ਼ਿਪ ਤੇ ਨਹੀਂ ਗਏ ਮਤਲਬ ਸਾਨੂੰ ਕਿਹਾ ਸੀਗਾ ਵੀ 1 ਮਈ ਤੋਂ ਸ਼ਾਇਦ ਹੋ ਜਾਏਗੀ ਸਟਾਰਟ ਬਟ ਸਾਡੀ ਹੋਈ ਨਹੀਂ ਗਈ ਤੇ ਕਿਉਂਕਿ ਸਟਾਰਟ ਤਾਂ ਨਹੀਂ ਹੋਏਗੀ ਉਹ ਪੀਆਰਐਨਸੀ ਦਾ ਬੋਰਡ ਸਾਰਾ ਬੰਦਾ ਤਾਂ ਸਾਨੂੰ ਇਹਦਾ ਨਹੀਂ ਕੁਝ ਵੀ ਪਤਾਗਾ ਪਰ ਸਾਡੀ ਇੰਟਰਨਸ਼ਿਪ ਨਹੀਂ ਸਟਾਰਟ ਹੋਈ ਤੁਹਾਡੀ ਹੁਣ ਡਿਮਾਂਡਸ ਕੀ ਨੇ ਡਿਮਾਂਡਸ ਇਹ ਆ ਅਸੀਂ ਡਿਊਟੀ ਕਰਾਂ ਨੂੰ ਵਿਲਿੰਗ ਹੈ ਸਾਨੂੰ ਕੋਈ ਚੱਕਰ ਨਹੀਂ ਡਿਊਟੀ ਦਾ ਬਟ ਸਾਨੂੰ ਸਮਾਨਤਾ ਪ੍ਰੋਵਾਈਡ ਹੋਵੇ ਐਟ ਲੀਸਟ ਔਰ ਸਾਡੀ ਜ਼ਿੰਮੇਵਾਰੀ ਕੌਣ ਲੈਂਦਾ ਅਗਰ ਇਨ ਕੇਸ ਸਾਡੇ ਵਿੱਚ ਕੋਈ ਵੀ ਪੋਜ਼ਿਟਿਵ ਆ ਜਾਂਦਾ ਠੀਕ ਹੈ ਚਲ ਸਾਡੇ ਘਰ ਦੇ ਸਾਡੇ ਨਾਲ ਨੇ ਇਹਨਾਂ ਚੋਂ ਕੌਣ ਆਏਗਾ ਸਾਡੇ ਐਮਐਸ ਮੈਮ ਆਉਣਗੇ ਜਾਂ ਸਾਡੀ ਪ੍ਰਿੰਸੀਪਲ ਮੈਮ ਆਉਣਗੇ ਪ੍ਰਿੰਸੀਪਲ ਜਾਂ ਐਮਐਸ ਨਾਲ ਗੱਲ ਕੀਤੀ ਪ੍ਰਿੰਸੀਪਲ ਮੈਮ ਨੂੰ ਅਸੀਂ ਨੇ ਗੱਲ ਕੀਤੀ ਵੀ ਸਾਡੇ ਨਾਲ ਕੌਣ ਆਏਗਾ ਠੀਕ ਹੈ ਔਰ ਇਹ ਕਹਿੰਦੇ ਜੀ ਐਮਐਸ ਮੈਮ ਦੇ ਅੰਡਰ ਆ ਤੇ ਵੀ ਉਹ ਕਹਿੰਦੇ ਵੀ ਅਸੀਂ ਵੀ ਐਮਐਸ ਮੈਮ ਦੇ ਅੰਡਰ ਆ ਚਲੋ ਠੀਕ ਹੈ ਅੰਡਰ ਆ ਬਟ ਐਟ ਦੇ ਟਾਈਮ ਅਸੀਂ ਪ੍ਰਿੰਸੀਪਲ ਮੈਮ ਦੇ ਅੰਡਰ ਆ ਰਹੇ ਆ ਤੇ ਠੀਕ ਹੈ ਉਹਨਾਂ ਨੂੰ ਮਤਲਬ ਚਾਹੀਦਾ ਇਹ ਚੀਜ਼ ਵੀ ਉਹ ਸਾਡੀ ਜ਼ਿੰਮੇਵਾਰੀ ਲੈਣ ਉਹ ਐਮਐਸ ਮੈਮ ਕੋਲ ਭੇਜ ਦਿੰਦੇ ਐਮਐਸ ਮੈਮ ਸਾਨੂੰ ਉਹਨਾਂ ਨੂੰ ਕਹਿ ਦਿੰਦੇ ਆ ਅਸੀਂ ਤਾਂ ਸਾਨੂੰ ਬਹੁਤ ਟਾਈਮ ਹੋ ਗਿਆ 6-7 ਵਾਰੀ ਅਸੀਂ ਐਮਐਸ ਮੈਮ ਕੋਲ ਵੀ ਆ ਚੁੱਕੇ ਆ ਉਧਰ ਤਾਂ ਅਸੀਂ ਰੋਜ਼ ਇਹਦਾ ਹੀ ਕੰਮ ਹੈ ਵੀ ਦੋ ਬੱਚੇ ਉਧਰ ਚਲੇ ਜਾਂਦੇ ਆਏ ਆ ਤੇ ਨਾਲੇ ਸੈਕਿੰਡਲੀ ਬੀਪੀ ਪਲਸ ਦਾ ਸਾਨੂੰ ਕੋਈ ਮਤਲਬ ਮੈਮ ਦੇ ਕੋਲ ਇਹ ਨੋਟਿਸ ਚ ਹੈ ਵੀ ਅਸੀਂ ਜਸਟ ਵਾਈਟਲਸ ਲੈਂਦੇ ਆ ਵੀ ਜਸਟ ਬੀਪੀ ਚੈੱਕ ਹੋ ਗਿਆ ਪਲਸ ਚੈੱਕ ਹੋ ਗਈ ਬੱਚੇ ਇਹ ਕੰਮ ਕਰਦੇ ਆ ਇਵਨ ਟੂ ਸੇ ਅਸੀਂ ਉੱਥੇ ਆਈਵੀ ਇੰਜੈਕਸ਼ਨ ਆਈਐਮ ਇੰਜੈਕਸ਼ਨ ਕੈਥੀਟਰ ਤੱਕ ਮਤਲਬ ਬੀਟੀ ਸਭ ਕੁਝ ਅਸੀਂ ਕਰ ਰਹੇ ਆ ਕੋਈ ਸਟਾਫ ਨਹੀਂ ਆ ਕੇ ਕਹਿ ਦਿੰਦਾ ਵੀ ਹਾਂ ਅਸੀਂ ਕਰ ਦਿੰਦੇ ਆ ਇਹ ਕਰ ਦਿੰਦੇ ਆ ਹਨਾ ਅਗਰ ਸਾਤੋ ਚੱਲ ਕੋਈ ਕੰਮ ਨਹੀਂ ਹੁੰਦਾ ਵੈਸੇ ਸਾਰੇ ਬੱਚੇ ਇਦਾਂ ਦੇ ਆ ਵੀ ਉਹ ਸਾਰਾ ਕੰਮ ਕਰ ਲੈਂਦੇ ਨੇ ਕਿਸੇ ਨੂੰ ਲੋੜ ਹੀ ਨਹੀਂ ਪੈਂਦੀ ਵੀ ਸਟਾਫ ਨੂੰ ਜਾ ਕੇ ਕਹੀਏ ਬਟ ਉਹਨਾਂ ਨੂੰ ਖੁਦ ਤਾਂ ਚਾਹੀਦਾ ਵੀ ਉਹ ਮਤਲਬ ਉਹ ਪੇ ਲੈ ਰਹੇ ਆ ਉਹਨਾਂ ਦੀ ਸਾਰੇ ਕਿਤੇ ਜ਼ਿੰਮੇਵਾਰੀ ਹੈ ਠੀਕ ਹੈ ਉਹ ਕੰਮ ਕਰਨ ਸਾਨੂੰ ਅਸੀਂ ਕਿਉਂ ਉਹ ਪ੍ਰਿੰਸੀਪਲ ਮੈਡਮ ਨੇ ਕਿਸੇ ਤਰ੍ਹਾਂ ਦਾ ਤੁਹਾਨੂੰ ਆਸ਼ਵਾਸਨ ਦਿੱਤਾ ਉਹ ਟਰਮੀਨੇਸ਼ਨ ਦਾ ਸਾਨੂੰ ਕਿਹਾ ਵੀ ਤੁਹਾਨੂੰ ਟਰਮੀਨੇਟ ਕਰ ਦਿੱਤਾ ਜਾਊਗਾ ਕਿਉਂ ਟਰਮੀਨੇਟ ਕਰ ਦਿੱਤਾ ਜਾਊਗਾ ਬਿਕਾਜ਼ ਅਸੀਂ ਨੇ ਨਾ ਪਹਿਲਾਂ ਮੀਡੀਆ ਇਦਾਂ ਹੀ ਪਰਸੋਂ ਚੌਥੀ ਗੱਲ ਉਹ ਹੋਈ ਹੈ ਨਾ ਵਾਇਰਲ ਸਾਡੀ ਨਾਈਟ ਵਾਲੇ ਬੱਚਿਆਂ ਨੇ ਉਹ ਕਰਤਾ ਸੀ 6-7 ਬੱਚੇ ਸੀਗੇ ਔਰ ਉਹਨਾਂ ਬੱਚਿਆਂ ਦੇ ਫਾਈਲਸ ਅਸੀਂ ਖੁਦ ਟੇਬਲ ਤੇ ਪਈਆਂ ਦੇਖੀਆਂ ਨੇ ਉਹਨਾਂ ਨੂੰ ਕਹਿ ਰਹੇ ਆ ਵੀ ਹਾਂ ਅਸੀਂ ਟਰਮੀਨੇਟ ਕਰ ਦੇਣਾ ਤੁਸੀਂ ਸਾਰੇ ਟਰਮੀਨੇਟ ਹੋ ਜੂਗੇ ਇਹ ਚੀਜ਼ ਹੋ ਰਹੀ ਹੈ ਹੁਣ ਤੁਹਾਡੀ ਕੀ ਮੰਗ ਹੈ ਸਾਡੀ ਮੰਗ ਇਹ ਹੈ ਵੀ ਬਸ ਸਾਨੂੰ ਇੱਥੇ ਸੇਫਟੀ ਮਿਲੇ ਔਰ ਸਾਡੀ ਕੋਈ ਜ਼ਿੰਮੇਵਾਰੀ ਲਵੇ ਇਸ ਚੀਜ਼ ਦੀ ਤਾਂ ਇਹ ਹੈਗੇ ਦੇਖੋ ਸਾਰੇ ਕਹਿ ਰਹੇ ਆ ਸਟੇ ਹੋਮ ਠੀਕ ਹੈ ਬੀ ਸੇਫ ਜੇ ਅਗਰ ਐਸੀ ਗੱਲ ਹੈ ਤਾਂ ਇਸ ਕਰਕੇ ਗਵਰਨਮੈਂਟ ਨੇ ਸਾਰੇ ਕਾਲਜਿਸ ਬੰਦ ਕੀਤੇ ਆ ਵੀ ਸਾਰੇ ਸਟੂਡੈਂਟਸ ਨੂੰ ਹੌਲੀਡੇਜ਼ ਹੈਗੀਆਂ ਠੀਕ ਹੈ ਤੇ ਅਸੀਂ ਵੀ ਸਟੂਡੈਂਟਸ ਹੀ ਆਉਂਦੇ ਆ ਅਸੀਂ ਸਟਾਫ ਨਹੀਂ ਹੈਗੇ ਠੀਕ ਹੈ ਅਗਰ ਜੇ ਅਸੀਂ ਇੱਥੇ ਆਉਂਦੇ ਆ ਸਾਨੂੰ ਕੁਝ ਹੋ ਵੀ ਜਾਂਦਾ ਅਸੀਂ ਆਪਣੇ ਖਰਚੇ ਦੇ ਤੇ ਸਟੱਡੀ ਕਰ ਰਹੇ ਆ ਸਾਨੂੰ ਕੋਈ ਸੈਲਰੀ ਨਹੀਂ ਹੈ ਸਾਨੂੰ ਕੋਈ ਸੇਫਟੀ ਪ੍ਰੋਟੈਕਸ਼ਨ ਵੀ ਨਹੀਂ ਦਿੱਤੀ ਜਾ ਰਹੀ ਹੈਗੀ ਅਸੀਂ ਸਭ ਕੁਝ ਆਪਣੇ ਵੱਲੋਂ ਹੀ ਕਰ ਰਹੇ ਆ ਫਿਰ ਵੀ ਸਾਨੂੰ ਕਿਹਾ ਜਾਂਦਾ ਹੈਗਾ ਤੁਸੀਂ ਡਿਊਟੀਜ਼ ਕਰੋ ਨਹੀਂ ਡਿਊਟੀ ਕਰੋਗੇ ਤੁਹਾਨੂੰ 6 ਮੰਥ ਬੈਕ ਕਰ ਦਾਂਗੇ ਠੀਕ ਹੈ ਜੇ ਅਸੀਂ ਇਹਨਾਂ ਨੂੰ ਕਹਿੰਦੇ ਆ ਵੀ ਤੁਸੀਂ ਸਾਡੀ ਰਿਸਪੋਨਸਿਬਿਲਟੀ ਚੱਕੋ ਤਾਂ ਅੱਗੋਂ ਸਾਨੂੰ ਇਹ ਰਿਪਲਾਈ ਆਉਂਦਾ ਹੈਗਾ ਕਿ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਜੇ ਤੁਹਾਨੂੰ
ਸਾਨੂੰ ਵੀ ਕੁਝ ਹੋ ਜਾਂਦਾ ਹੈਗਾ ਅਸੀਂ ਰਿਸਪੋਨਸੀਬਲ ਨਹੀਂ ਆ ਜੇ ਸਾਨੂੰ ਬਾਈ ਚਾਂਸ ਕੁਝ ਹੁੰਦਾ ਵੀ ਹੈ ਤਾਂ ਰਿਸਪੋਨਸੀਬਲ ਕੌਣ ਹੈ ਕੁਐਸਚਨਿੰਗ ਇਹ ਉੱਠਦੀ ਹੈਗੀ ਕੋਈ ਸਾਡੀ ਕੋਈ ਗਰੰਟੀ ਨਹੀਂ ਲੈਂਦਾ ਹੈਗਾ ਤੇ ਅਸੀਂ ਡਿਊਟੀ ਕਰਦੇ ਹਾਂ ਜਸਟ ਅਸੀਂ ਮਾਸਕ ਤੱਕ ਮੰਗਦੇ ਹਾਂ ਸਾਨੂੰ ਕੋਈ ਨਹੀਂ ਦਿੰਦਾ ਹੈਗਾ ਅਗਰ ਅਸੀਂ ਕਹਿੰਦੇ ਹਾਂ ਵੀ ਸਾਨੂੰ ਸੇਫਟੀ ਦਿਓ ਤਾਂ ਅੱਗੋਂ ਇਹ ਕਹਿੰਦੇ ਤੁਸੀਂ ਕੰਮ ਕੀ ਕਰਦੇ ਹੋ ਜਦਕਿ ਅਸੀਂ ਸਾਰਾ ਕੰਮ ਅਸੀਂ ਖੁਦ ਹੀ ਕਰਦੇ ਹੈਗੇ ਹਾਂ ਸਟਾਫ ਸਾਰਾ ਦਿਨ ਇੱਥੇ ਬੈਠ ਕੇ ਚਾਹ ਪੀਣ ਆਉਂਦਾ ਹੋਰ ਕੋਈ ਕੰਮ ਨਹੀਂ ਕਰਦਾ ਜੇ ਅਗਰ ਸਾਨੂੰ ਸੇਫਟੀ ਨਹੀਂ ਦੇ ਸਕਦੇ ਠੀਕ ਹੈ ਪ੍ਰੋਟੈਕਸ਼ਨ ਨਹੀਂ ਦੇ ਸਕਦੇ ਸਾਨੂੰ ਹੋਲੀਡੇਜ਼ ਕਰੋ ਤੇ ਨਾਈਟ ਵਾਲਿਆਂ ਨੂੰ ਕਿਹਾ ਗਿਆ ਰਿਟਰਨ ਆਰਡਰ ਦੇ ਰਹੇ ਹਾਂ ਵੀ ਅਸੀਂ ਤੁਹਾਨੂੰ 6 ਮੰਥ ਬੈਕ ਕਰ ਦਾਂਗੇ ਟਰਮੀਨੇਟ ਕਰ ਦਾਂਗੇ ਤੇ ਇਹ ਕੋਈ ਗੱਲ ਨਹੀਂ ਬਣਦੀ ਹੈਗੀ ਕੰਮ ਨਹੀਂ ਅਸੀਂ ਕਾਰਵਾਈ ਕਰਾਂਗੇ ਤੁਹਾਡੇ ਉੱਤੇ ਤੇ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਤੁਹਾਨੂੰ ਗਲਵਸ ਜਾਂ ਕੀ ਪ੍ਰੋਡਕਸ਼ਨ ਦੇ ਵਿੱਚ ਕੀ ਨਹੀਂ ਮਿਲ ਰਿਹਾ ਸਾਨੂੰ ਮਾਸਕ ਗਲਵਸ ਕੈਪ ਕੁਝ ਨਹੀਂ ਮਿਲ ਰਿਹਾ ਸਟਾਫ ਕੋਲ 95 ਮਾਸਕ ਵੀ ਹੈਗੇ ਆ ਸਾਡੇ ਕੋਲ ਕੁਝ ਵੀ ਨਹੀਂ ਹੈਗਾ ਪਰ ਮੈਡਮ ਦਾ ਕਹਿਣਾ ਕਿ ਸਾਡੇ ਕੋਲ ਕੋਈ ਵੀ ਨਹੀਂ ਆਇਆ ਸਾਨੂੰ ਕੁਝ ਵੀ ਨਹੀਂ ਮੰਗ ਕੀਤੀ ਇਹਨਾਂ ਨੇ ਆ ਕੇ ਅਸੀਂ ਗਏ ਆ ਲੈਟਰ ਵੀ ਦਿੱਤਾ ਸੀਗਾ ਅਸੀਂ ਬਟ ਇਹਨਾਂ ਨੇ ਸਾਡੀ ਗੱਲ ਨਹੀਂ ਸੁਣੀ ਅਸੀਂ ਫੋਨ ਐਮਐਸ ਤੋਂ ਕਿਹਾ ਕਿ ਗੱਲ ਹੋਈ ਐਮਐਸ ਮੈਮ ਕਹਿੰਦੇ ਤੁਸੀਂ ਐਜ਼ ਅ ਸਟਾਫ ਕੰਮ ਕਰ ਰਹੇ ਹੋ ਅਸੀਂ ਕਿਹਾ ਅਸੀਂ ਐਜ਼ ਅ ਸਟਾਫ ਕੰਮ ਕਰ ਰਹੇ ਹਾਂ ਤਾਂ ਸਾਨੂੰ ਸੈਲਰੀ ਪ੍ਰੋਵਾਈਡ ਕਰੋ ਤੇ ਮਾਸਕ ਪ੍ਰੋਵਾਈਡ ਕਰੋ ਹੁਣ ਕੀ ਕਹਿ ਰਹੇ ਨੇ ਮੈਮ ਮੈਮ ਇਹ ਕਹਿ ਰਹੇ ਕਿ ਤੁਸੀਂ ਬੀਬੀ ਪਲਸ ਲੈਂਦੇ ਹੋ ਤੁਸੀਂ ਕੁਝ ਨਹੀਂ ਕਰਦੇ ਹੈਗੇ ਦੂਸਰੇ ਪਾਸੇ ਜਦੋਂ ਮੈਡੀਕਲ ਆਫੀਸਰ ਰੇਨੂ ਅਗਰਵਾਲ ਦੇ ਨਾਲ ਗੱਲਬਾਤ ਕੀਤੀ ਤੇ ਉਹਨਾਂ ਨੇ ਕਿਹਾ ਕਿ ਇਹ ਬੱਚੇ ਮੇਰੇ ਪਾਸ ਅਜੇ ਤੱਕ ਨਹੀਂ ਆਏ ਇਹਨਾਂ ਦੀ ਸਮੱਸਿਆ ਨੂੰ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇਗਾ ਔਰ ਰੇਨੂ ਅਗਰਵਾਲ ਜੀ ਨੇ ਕੀ ਕਿਹਾ ਤੁਸੀਂ ਉਹ ਵੀ ਸੁਣ ਸਕਦੇ ਹੋ ਮੈਨੂੰ ਤਾਂ ਖੁਦ ਹੁਣੀ ਪਤਾ ਲੱਗਿਆ ਤੁਹਾਡੇ ਤੇ ਮੇਰੇ ਕੋਲ ਬੱਚੇ ਕਦੀ ਡਾਇਰੈਕਟ ਨਹੀਂ ਆਏ ਮੇਰੇ ਕੋਲ ਕਦੀ ਆਏ ਨਹੀਂ ਹੁਣ ਮੈਂ ਪਰਲੇ ਕਮਰੇ 'ਚ ਬੈਠੀ ਸੀ ਉੱਥੇ ਕਹਿ ਰਹੇ ਸੀਗੇ ਮੈਡਮ ਤੁਹਾਨੂੰ ਮਿਲਣਾ ਮੇਰੇ ਖਿਆਲ 40-50 ਬੱਚੇ ਸੀ ਮੈਂ ਕਿਹਾ ਸੋਸ਼ਲ ਡਿਸਟੈਂਸਿੰਗ ਦਾ ਟਾਈਮ ਹੈ 40-50 ਬੱਚੇ ਮੇਰੇ ਕਮਰੇ 'ਚ ਨਹੀਂ ਵੜ ਸਕਦੇ ਕੋਈ ਵੀ ਬੱਚੇ 4 ਆ ਜਾਓ ਇਹ 4 ਜਣੀਆਂ ਆਈਆਂ ਨੇ ਮੈਨੂੰ ਖੁਦ ਨਹੀਂ ਮੈਨੂੰ ਵੀ ਇੱਧਰੋਂ ਕੁੱਧਰੋਂ ਪਤਾ ਚੱਲ ਰਿਹਾ ਵੀ ਕੀ ਮਾਮਲਾ ਬਾਕੀ ਤੁਹਾਡੇ ਤੋਂ ਪਤਾ ਲੱਗਿਆ ਮੈਂ ਬੱਚਿਆਂ ਵੱਲੋਂ ਕਿਹਾ ਗਿਆ ਕਿ ਅਸੀਂ ਪਹਿਲਾਂ ਵੀ ਇੱਕ ਵਾਰ ਐਪਲੀਕੇਸ਼ਨ ਦਿੱਤੀ ਸੀ ਅਤੇ ਉਹਦੇ ਉੱਤੇ ਹਾਲੇ ਤੱਕ ਵੀ ਕੋਈ ਸੁਣਵਾਈ ਹੋਈ ਨਹੀਂ ਜਦ ਕਿ ਸਾਨੂੰ ਜਿਹੜਾ ਕੰਮ ਕਰਨ ਨੂੰ ਦੇ ਰਹੇ ਹੈ ਉਹ ਅਸੀਂ ਕਰ ਰਹੇ ਹਾਂ ਜਿਹੜੇ ਸੀਨੀਅਰ ਹੈ ਉਹ ਕੰਮ ਨਹੀਂ ਕਰ ਰਹੇ ਮੇਰੇ ਕੋਲ ਕਿਸ ਤਰ੍ਹਾਂ ਦੀ ਕੋਈ ਐਪਲੀਕੇਸ਼ਨ ਨਹੀਂ ਆਈ ਤੁਹਾਡੇ ਤੋਂ ਮੈਨੂੰ ਪਤਾ ਲੱਗਿਆ ਵੀ ਸੀਨੀਅਰ ਸਟਾਫ ਇਹਨਾਂ ਤੋਂ ਕੰਮ ਕਰਾਉਂਦਾ ਵਿਦਆਊਟ ਸੁਪਰਵਾਈਜ਼ਰ ਵੀ ਸ਼ਾਇਦ ਉਹ ਆਪ ਇਹਨਾਂ ਨੂੰ ਸੁਪਰਵਾਈਜ਼ ਨਹੀਂ ਕਰਦੇ ਅਤੇ ਕਾਂਗਰਸ ਇਹ ਗੱਲ ਮੈਨੂੰ ਸਿਰਫ ਤੁਹਾਡੇ ਤੋਂ ਪਤਾ ਲੱਗੀ ਹੈ ਨਾ ਪ੍ਰਿੰਸੀਪਲ ਤੋਂ ਪਤਾ ਲੱਗੀ ਹੈ ਨਾ ਮੈਨੂੰ ਬੱਚਿਆਂ ਤੋਂ ਪਤਾ ਲੱਗੀ ਹੈ ਨਾ ਮੇਰੇ ਕੋਈ ਐਪਲੀਕੇਸ਼ਨ ਆਈ ਹੈ ਇਸ ਰਿਗਾਰਡਿੰਗ ਬੱਚਿਆਂ ਨੂੰ ਕਹੋ ਇਹਨਾਂ ਨੂੰ ਲਿਖ ਕੇ ਦੇ ਦੇਣਗੇ ਪ੍ਰਿੰਸੀਪਲ ਨੂੰ ਉਹਦੇ ਬਾਅਦ ਦੇਖਾਂਗੇ ਮਾਮਲੇ ਦੀ ਤਹਿਤ ਫਿਰ ਅਸੀਂ ਇਨਕੁਆਇਰੀ ਬਿਠਾਵਾਂਗੇ ਤਾਂ ਪਤਾ ਚੱਲੇਗਾ ਐਗਜ਼ੈਕਟ ਮੈਡਮ ਤੁਸੀਂ ਸੀਨੀਅਰ ਹੋ ਤੁਹਾਨੂੰ ਨਹੀਂ ਲੱਗਦਾ ਕਿਤੇ ਜਾ ਕੇ ਤੁਸੀਂ ਸੀਨੀਅਰ ਹੋ ਕੇ ਬੱਚਿਆਂ ਨੂੰ ਸਮਝਾ ਸਕਦੇ ਹੋ ਉਹਨਾਂ ਦੇ ਵਿੱਚ ਜਾ ਕੇ ਕਿ ਸੋਸ਼ਲ ਡਿਸਟੈਂਟ ਹੈ ਮੈਡਮ ਬਾਹਰ ਤੋਂ ਨਾਲੋਂ ਆਫਿਸ ਦੇ ਅੰਦਰ ਗੁਲਾਮ ਨਾਲੋਂ ਤੁਸੀਂ ਜਾ ਸਕਦੇ ਹੋ ਮੈਂ ਕਿਤੇ ਵੀ ਜਾ ਸਕਦੀ ਹਾਂ ਪਰ ਉਹ ਵੀ ਮੇਰੇ ਕੋਲ ਆ ਸਕਦੇ ਹੈ ਨਹੀਂ ਚਲੋ ਮੈਡਮ ਤੁਸੀਂ ਕੋਲ ਅਸੀਂ ਉਹ 25-30 ਬੱਚੇ ਹੈ ਤੁਸੀਂ ਸੋਸ਼ਲ ਡਿਸਟੈਂਸ ਤੁਸੀਂ ਚਲੇ ਜਾਓ 4 ਬੰਦਿਆਂ ਨੂੰ ਜਿਹੜੇ ਜਿਨ੍ਹਾਂ ਨੂੰ ਸਮਝਦੇ ਆ ਕਿ ਬਹੁਤ ਲਾਇਕ ਹੈ ਜੋ ਵੀ ਉਹਨਾਂ ਦੀ ਚੰਗੀਆਂ ਅੱਛੀਆਂ ਮੈਂ ਤਾਂ ਆਰਾਮ ਨਾਲ ਗੱਲ ਹੀ ਕਰਨੀ ਹੈ ਮੈਂ ਕਿਉਂ ਹੋਰ ਕੋਈ ਉਹ ਥੋੜ੍ਹਾ ਨਾ ਕਰਨਾ ਮੇਰੇ ਕਮਰੇ 'ਚ ਆ ਜਾਣ ਬਜਾਏ ਇਹਦੇ ਕਿ ਮੈਂ ਬਾਹਰ ਜਾਵਾਂ ਉੱਥੇ ਇੱਥੇ ਆ ਜਾਣ ਮੇਰੇ ਨਾਲ ਗੱਲ ਕਰਨ ਹੋਰ ਕਿ ਮੈਂ ਕੋਈ ਇਹਨਾਂ ਨੂੰ ਗੱਲ ਕਰਨ ਤੋਂ ਰੋਕਿਆ ਤੁਹਾਨੂੰ ਉੱਥੇ ਕਮਰੇ 'ਚ ਆਈਆਂ ਸੀ ਪਰਲੇ ਕਮਰੇ 'ਚ ਇਹ ਬਹੁਤ ਜ਼ਿਆਦਾ ਬੱਚੇ ਸੀਗੇ ਮੈਂ ਕਿਹਾ ਸਿਰਫ 4 ਬੱਚੇ ਆ ਜਾਓ ਨਾਲੇ ਮੈਨੇ ਇੱਧਰ ਆਉਣਾ ਸੀ ਇੱਧਰ ਦਾ ਕੰਮ ਕਰਨਾ ਸੀ ਲੇਕਿਨ ਕਿਤੇ ਕਿਤੇ ਬੱਚਿਆਂ ਦਾ ਇਹ ਵੀ ਯਾਮ ਹੈ ਮੈਡਮ ਜੀ ਕਿ ਮੀਡੀਆ ਦੇ ਆਉਣ ਦੇ ਉਹਨਾਂ ਦੇ ਉੱਤੇ ਕਾਰਵਾਈ ਵੀ ਕਰਾਂਗੇ ਤੁਹਾਨੂੰ ਉਹ ਕਰਾਂਗੇ ਦਫ਼ਤਰ ਤੋਂ ਕੱਢਾਂਗੇ ਇਹ ਵੀ ਕਿਹਾ ਗਿਆ ਬੱਚਿਆਂ ਨੂੰ ਕਿਹੜੇ ਦਫ਼ਤਰ 'ਚੋਂ ਕੱਢਾਂਗੇ ਦਫ਼ਤਰ 'ਚੋਂ ਕੱਢਾਂਗੇ ਜਿਹੜੇ ਕੰਮ ਕਰ ਰਹੇ ਆ ਜੀ ਨਹੀਂ ਦਫ਼ਤਰ 'ਚੋਂ ਅੰਜ ਤਾਂ ਕੋਈ ਕਿਸੇ ਨੂੰ ਨਹੀਂ ਕੱਢ ਸਕਦਾ ਹਰ ਚੀਜ਼ ਨੂੰ ਰੱਖਣਾ ਤੇ ਕੱਢਣਾ ਇੱਕ ਪ੍ਰੋਪਰ ਸਿਸਟਮ ਹੁੰਦਾ ਜਿਨ੍ਹਾਂ ਨੇ ਭਰਤੀ ਕੀਤਾ ਜਿਨ੍ਹਾਂ ਨੇ ਸਭ ਕੁਝ ਕੀਤਾ ਇਹ ਸਾਡੇ ਹੱਥ 'ਚ ਨਹੀਂ ਹੈਗਾ ਭਰਤੀ ਕਰਨਾ ਜਾਂ ਕੱਢਣਾ ਮੈਂ ਉਹਨਾਂ ਦਾ ਕਹਿਣਾ ਕਿ ਟਰਮੀਨੇਟ ਕਰ ਦਿੱਤਾ ਜਾਏਗਾ ਬੱਚਿਆਂ ਨੂੰ ਕਿ ਜੇ ਬੱਚੇ ਮੀਡੀਆ ਦੇ ਅੱਗੇ ਕੋਈ ਗੱਲ ਮੀਡੀਆ ਦੇ ਬਾਹਰ ਜਾਂਦੇ ਆ ਪਹਿਲੀ ਗੱਲ ਤਾਂ ਇਹ ਗੱਲ ਕਿਸੇ ਨੇ ਨਹੀਂ ਕਹੀ ਹੋਣੀ ਪਰ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਇਹ ਮੀਡੀਆ 'ਚ ਸਿੱਧੇ ਪਹੁੰਚ ਗਏ ਬੜੀ ਇਹਨਾਂ ਦੀ ਉਹ ਸ਼ਾਬਾਸ਼ੀ ਹੈ
ਇਹਨਾਂ ਨੇ ਪ੍ਰਿੰਸੀਪਲ ਨਾਲ ਨਹੀਂ ਗੱਲ ਕਰਨਾ ਉਚਿਤ ਸਮਝਿਆ, ਐਮਐਸ ਨਾਲ ਗੱਲ ਕਰਨਾ ਉਚਿਤ ਨਹੀਂ ਸਮਝਿਆ। ਮੈਂ ਉਹਨਾਂ ਦਾ ਕਹਿਣਾ ਮੈਂ ਪ੍ਰਿੰਸੀਪਲ ਨਾਲ ਗੱਲ ਹੋਈ ਹੈ ਕਿ ਪਹਿਲਾਂ ਵੀ ਐਪਲੀਕੇਸ਼ਨ ਦਿੱਤੇ ਗਏ ਹੈ, ਪਹਿਲੇ ਵੀ ਸੁਣਵਾਈ ਨਹੀਂ ਹੋਈ ਸਾਡੀ ਤਾਂ ਅਸੀਂ ਮੀਡੀਆ ਦੇ ਅੱਗੇ ਆਏ ਹਾਂ ਬਿਨਾਂ ਉਹ ਮੈਂ ਪ੍ਰਿੰਸੀਪਲ ਨੂੰ ਵੀ ਪੁੱਛੂੰਗੀ ਵੀ ਕੀ ਗੱਲ ਹੋਈ ਹੈ ਤੇ ਉਹਨਾਂ ਨੇ ਮੇਰੇ ਨਾਲ ਕਿਉਂ ਨਹੀਂ ਗੱਲ ਕੀਤੀ। ਠੀਕ ਹੈ ਨਾ, ਘਰ ਵਿੱਚ ਵੀ 100 ਗੱਲਾਂ ਹੁੰਦੀਆਂ, ਆਪਾਂ ਗੱਲ ਨੂੰ ਤਰੀਕੇ ਵਾਈਜ਼ ਚੱਲਦੇ ਹਾਂ ਫਿਰ ਆਪਾਂ ਬਿਲਕੁਲ ਉਸ 'ਤੇ ਆ ਜਾਂਦੇ ਜਦ ਕੋਈ ਗੱਲ ਦਾ ਕੋਈ ਸੋਲਿਊਸ਼ਨ ਨਹੀਂ ਕੋਰਟ ਕਚਹਿਰੀ 'ਚ ਆਪਾਂ ਤਾਂ ਜਾਂਦੇ ਹਾਂ। ਨਹੀਂ ਮੈਮ ਉਹ ਕਹਿੰਦੇ ਕਿ ਜਦੋਂ ਪਾਣੀ ਸਿਰ ਤੋਂ ਲੰਘ ਗਿਆ ਸੀ ਤਾਂ ਮੀਡੀਆ ਦੇ ਅੱਗੇ ਆਏ, ਨਹੀਂ ਤਾਂ ਸਾਨੂੰ ਕੋਈ ਲੋੜ ਹੀ ਨਹੀਂ। ਤੁਸੀਂ ਦੇਖੋ ਵੀ ਮੈਂ ਰੋਜ਼ ਆਉਂਦੀ ਹਾਂ 9 to 5 ਤੱਕ ਬੈਠਦੀ ਹਾਂ, ਮੈਨੂੰ ਤਾਂ ਇਹ ਗੱਲ ਅੱਜ ਹੀ ਪਤਾ ਲੱਗੀ। ਹੁਣ ਤੁਹਾਡੇ ਵੱਲੋਂ ਕੀ ਕਾਰਵਾਈ ਕੀਤੀ ਜਾਏਗੀ, ਬੱਚਿਆਂ ਦੇ ਨਾਲ ਕੀ ਇਨਸਾਫ ਕੀਤਾ ਜਾਏਗਾ? ਬੱਚਿਆਂ ਲਈ ਤੁਹਾਨੂੰ ਦੱਸ ਤਾਂ ਦਿੱਤਾ ਵੀ ਬੱਚੇ ਲਿਖ ਕੇ ਦੇਣਗੇ ਸਿਸਟਰ ਨੂੰ, ਮੈਂ ਮਾਰ ਕਰੂੰਗੀ, ਉਹਦੇ ਬਾਅਦ ਅਸੀਂ ਇਨਕੁਆਇਰੀ ਬਿਠਾਵਾਂਗੇ, ਦੇਖਾਂਗੇ ਵੀ ਕਿਸ ਲੈਵਲ ਤੇ ਦੁਖੀ ਹੈ, ਕੀ ਚੱਕਰ ਹੈ। ਤੇ ਬੱਚੇ ਤੁਹਾਡੇ ਕੋਲ ਕਦੀ ਨਹੀਂ ਆਏ ਮੈਡਮ ਜੀ? ਸਿਰਫ ਇੱਕ ਵਾਰੀ ਆਏ ਸੀਗੇ, ਇਹਨਾਂ ਨੇ ਐਪਲੀਕੇਸ਼ਨ ਲਿਖੀ ਹੋਈ ਸੀਗੀ ਕਿ ਸਾਨੂੰ ਘਰ ਭੇਜ ਦਿੱਤਾ ਜਾਵੇ। ਕਿੰਨੇ ਡੇਟ ਸੀ ਮੈਡਮ, ਕਿਹੜੇ ਟਾਈਮ ਸੀ? ਕਿਤੇ ਡੇਟ ਨਹੀਂ ਯਾਦ ਹੈਗੀ, ਮਹੀਨੇ ਕ ਦੀ ਗੱਲ ਹੈ ਤਕਰੀਬਨ। ਤੇ ਮਹੀਨੇ ਬਾਅਦ ਤੁਹਾਨੂੰ ਤੁਸੀਂ ਕਹਿ ਰਹੇ ਹੋ ਮੈਡਮ ਕਿ ਆਏ ਸੀ ਮੇਰੇ ਕੋਲ, ਲੇਕਿਨ ਤੁਸੀਂ ਉਸ ਕਾਗਜ਼ ਨੂੰ, ਉਸ ਕੰਪਲੇਂਟ ਨੂੰ ਲੈ ਕੇ ਤੁਸੀਂ ਅੱਜ ਤੱਕ ਕੀ ਕੀਤਾ? ਕੰਪਲੇਂਟ ਥੋੜੀ ਨਾ ਸੀ। ਚਲੋ ਮੈਡਮ ਗੱਲ ਤੋਂ ਕਰਕੇ ਗਏ ਸੀ ਬੱਚੇ, ਉਹ ਰਿਕੁਐਸਟ ਸੀ ਇਹਨਾਂ ਦੀ। ਅੱਛਾ, ਰਿਕੁਐਸਟ ਉਹਦੇ ਤੁਸੀਂ ਕੀ ਉਹਦੇ ਉਹ ਕੀਤਾ? ਮੈਂ ਕਿਵੇਂ ਕਰ ਸਕਦੀ ਹਾਂ ਜਦ ਗਵਰਨਮੈਂਟ ਦੀ ਇੰਸਟਰਕਸ਼ਨ ਹੈ ਵੀ 3rd ਇਅਰ ਨੂੰ ਘਰ ਨਹੀਂ ਭੇਜਣਾ, ਮੈਂ ਕਿਵੇਂ ਭੇਜ ਸਕਦੀ ਹਾਂ? ਉਹ ਕਹ ਰਹੇ ਰਿਟਰਨ 'ਚ ਸਾਨੂੰ ਦੇ ਦਿਓ ਕਿ ਨਹੀਂ ਭੇਜਣਾ, ਕੋਈ ਰਿਟਰਨ 'ਚ ਹੈ ਇਹਨਾਂ ਨੂੰ ਦਿਖਾ ਦਿਓ ਜੀ ਰਿਟਰਨ 'ਚ ਜਿਹੜਾ ਆਇਆ ਹੋਇਆ ਦਿਖਾ ਦਿਓ, ਕੋਈ ਇਹ ਤਾਂ ਹਸਪਤਾਲ ਦਾ ਕੰਮ ਹੈ ਰਿਟਰਨ 'ਚ ਹੈ ਉਹ ਦਿਖਾ ਦਿਓ। ਹੁਣ ਬੱਚੇ ਨਾਲ ਤੁਸੀਂ ਇਨਸਾਫ ਕਰੋਗੇ ਮੈਡਮ? ਬੱਚਿਆਂ ਨਾਲ ਜੋ ਵੀ ਓਬਜੈਕਸ਼ਨ ਹੋ ਰਹੀ ਹੈ ਇਹਨਾਂ ਦੀ, ਜੋ ਸੋਲਟ ਆਊਟ ਕਰਾਓਗੇ ਇਹਨਾਂ ਦੇ ਬੈਠ ਕੇ? ਹਾਂ, ਜੋ ਵੀ ਇਹਨਾਂ ਦੀ ਹੈਗੀ ਪਹਿਲੇ ਮੇਰੇ ਕੋਲ ਆਏ, ਉਹਦੇ ਬਾਅਦ ਫਿਰ ਇਨਕੁਆਇਰੀ ਬਿਠਾ ਦਾਂਗੇ। ਇਹਨਾਂ ਨੂੰ ਪਤਾ ਨਾ, ਇਹਨਾਂ ਨੂੰ ਵੀ ਆਪਣੇ ਸਾਹਮਣੇ ਗੱਲ ਹੋ ਜਾਏਗੀ, ਪਤਾ ਚੱਲ ਜਾਏਗਾ ਵੀ ਕਿਹੜਾ ਇਹਨਾਂ ਤੋਂ ਜ਼ਿਆਦਾ ਕੰਮ ਕਰਾਉਂਦੇ ਆ, ਜੋ ਕੰਮ ਇਹਨਾਂ ਨੂੰ ਨਹੀਂ ਕਰਨਾ ਚਾਹੀਦਾ ਅਗਰ ਇਹਨਾਂ ਦੀ ਬਾਉਂਡਰੀਜ਼ ਤੋਂ ਬਾਹਰ ਹੈ ਤੇ ਉਹ ਕੰਮ ਨਹੀਂ ਕਰਨਾ ਚਾਹੀਦਾ। दूसरे पास प्रिंसीपल मैडम परमजीत कौर जी ने कहा है कि इन्हों समस्या पहल के आधार पर हल कर कोशिश करेंगे। जेकर इन बच्चियों कोई भी किसी सीनियर डॉक्टर के खिलाफ शिकायत देनी है तो लिखती तौर पर दे सकता है। और इस संबंध में प्रिंसीपल मैडम ने की कहा, आओ सुनते हैं। ਅਤੇ ਬੱਚਿਆਂ ਦੀ ਪ੍ਰੋਬਲਮ ਅੱਜ ਦੀ ਇਹ ਆ ਕਿ ਇਹਨਾਂ ਨੂੰ ਵਾਰਡ ਵਿੱਚ ਜਿਹੜਾ ਐਕਸਟਰਾ ਕੰਮ ਕਰਨਾ ਪੈ ਰਿਹਾ, ਕਿ ਇਹ ਦੱਸਦੇ ਆ ਕਿ ਬੱਚੇ ਉੱਥੇ ਜਿਹੜੇ ਹੈਗੇ ਆ ਨਰਸਿੰਗ ਸਟਾਫ ਆ ਉਹ ਕੰਮ ਨਹੀਂ ਕਰ ਰਹੇ, ਅਤੇ ਇਹਨਾਂ ਨੂੰ ਪ੍ਰੋਟੈਕਟਿਵ ਮਈਅਰਸ ਨਹੀਂ ਦੇ ਰਹੇ ਹੈਗੇ, ਹੋਸਪਿਟਲ ਦੇ ਵਿੱਚ ਆਉਣ ਦੇ ਬਾਵਜੂਦ ਵੀ ਇਹਨਾਂ ਨੂੰ ਨਹੀਂ ਮਿਲ ਰਹੇ। ਪਰ ਬੱਚਿਆਂ ਨੂੰ ਮੈਂ ਅੱਜ ਇਹ ਇਹਨਾਂ ਨੂੰ ਕਹਿ ਰਹੀ ਹਾਂ ਕਿ ਜੋ ਤੁਹਾਨੂੰ ਹੈਗਾ ਰਿਟਰਨ 'ਚ, ਜੋ ਐੱਮ ਐੱਸ ਮੈਡਮ ਨਾਲ ਗੱਲ ਹੋਈ ਆ ਕਿ ਇਸ ਚੀਜ਼ ਦਾ ਮੈਨੂੰ ਰਿਟਰਨ ਦੇ ਦਿਓ, ਆਪਾਂ ਇਸ ਚੀਜ਼ ਦਾ ਜਿਹੜਾ ਸਲਿਊਸ਼ਨ ਹੈ ਕੱਢ ਲੈਂਦੇ ਹਾਂ। ਬਾਕੀ ਇਹਨਾਂ ਦੀ ਡਿਊਟੀ ਹੈ ਜਿਹੜੀ ਗਵਰਨਮੈਂਟ ਦੇ ਜੋ ਇੰਸਟਰਕਸ਼ਨਸ ਨੇ ਉਹਦੇ ਅਕੋਰਡਿੰਗ ਲੱਗੀ ਹੋਈ ਹੈ ਸਰ। ਮੈਂ ਇਹਨਾਂ ਬੱਚਿਆਂ ਦਾ ਕਹਿਣਾ ਕਿ ਸਟਾਫ ਵੀ ਸਾਨੂੰ ਤੰਗ ਪਰੇਸ਼ਾਨ ਕਰਦਾ ਰਾਤ ਨੂੰ। ਸਰ ਉਹ ਇਹ ਮੈਨੂੰ ਰਿਟਰਨ 'ਚ ਦੇ ਦੇਣ, ਮੈਂ ਇਸ ਨੂੰ ਫਾਰਵਰਡ ਕਰ ਦੂੰਗੀ, ਇਹਨਾਂ ਦਾ ਜਲਦੀ ਤੋਂ ਜਲਦੀ ਇਹਨਾਂ ਦਾ ਹੱਲ ਕੱਢਿਆ ਜਾਊਗਾ। ਇਹਨਾਂ ਦਾ ਕਹਿਣਾ ਕਿ ਫੋਰਸ ਕਰਿਆ ਜਾਂਦਾ ਕਿ ਸਪੈਸ਼ਲ ਡਿਊਟੀ ਕਰੋ, ਥ੍ਰੈਟ ਕਰਦੇ ਹੈਗੇ ਕਿ ਡਿਊਟੀ ਕਰੋ ਨਹੀਂ ਤਾਂ ਤੁਹਾਨੂੰ ਬਾਹਰ ਕਰ ਦਿੱਤਾ ਜਾਏਗਾ। ਨਹੀਂ ਇਦਾਂ ਦੀ ਐਗਜ਼ਾਮ ਨਹੀਂ ਦੇਣ ਦਿੱਤੇ ਜਾਣਗੇ? ਨਹੀਂ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਸਰ। ਜਿਹੜਾ ਸਟਾਫ ਹੈ ਤੁਹਾਡਾ ਅੰਦਰ ਉਹ ਧਮਕਾਇਆ ਜਾਂਦਾ ਇਹਨਾਂ? ਹੋਸਪਿਟਲ ਸਟਾਫ, ਮੈਂ ਤਾਂ ਇਹਨਾਂ ਨੂੰ ਪਹਿਲਾਂ ਕਿਹਾ ਬੱਚੇ ਆ ਸਾਡੇ 3rd ਈਅਰ ਸਟੂਡੈਂਟ ਆ, ਜੋਬ 'ਚ ਨਹੀਂ ਹੈਗੇ, ਇਹਨਾਂ ਨੇ ਜੋ ਹੈਗਾ ਅੰਡਰ ਸੁਪਰਵਿਜ਼ਨ ਕੰਮ ਕਰਨਾ, ਇੰਡੀਪੈਂਡੈਂਟ ਕੰਮ ਨਹੀਂ ਕਰਦੇ ਹੈਗੇ ਬੱਚੇ ਸਾਡੇ ਅੰਡਰ ਸੁਪਰਵਿਜ਼ਨ। ਮੈਂ ਸੈਲਰੀ 'ਤੇ ਨਹੀਂ ਹਾਂ ਵੈਸੇ? ਨਹੀਂ, ਸਟੂਡੈਂਟ ਆ ਜੀ, ਕੋਈ ਸੈਲਰੀ ਨਹੀਂ ਹੈਗੀ, ਫੀਸ ਦਿੰਦੇ ਆ ਬੱਚੇ ਸਾਡੇ, ਅਤੇ ਇਸ ਲਈ ਇਹਨਾਂ ਨੂੰ ਕੋਈ ਸਟਾਈਫੰਡ ਨਹੀਂ, ਕੋਈ ਸੈਲਰੀ ਨਹੀਂ, ਕੁਛ ਨਹੀਂ ਹੈਗਾ, ਕੰਮ ਕਰਦੇ। ਉਹ ਇਹਨਾਂ ਦੀ ਮਰਜ਼ੀ ਹੈ ਕਿ ਡਿਊਟੀ 'ਤੇ ਆਉਣ ਜਾਂ ਨਾ ਆਉਣ? ਨਹੀਂ, ਇਹ ਗਵਰਨਮੈਂਟ ਆ ਜੀ, ਕੰਪਲਸਰੀ ਆ। ਅੱਛਾ, ਕੰਪਲਸਰੀ। ਕੰਪਲਸਰੀ ਡਿਊਟੀ 'ਤੇ ਆਉਣ ਵਾਸਤੇ ਗਵਰਨਮੈਂਟ ਨੇ ਜਿਹੜੀ ਕੰਡੀਸ਼ਨਸ ਰੱਖੀਆਂ ਕਿ ਮਾਸਕ ਪਾਉਣਾ ਕੰਪਲਸਰੀ ਹੈ, ਕਿਆ ਮਾਸਕ ਪ੍ਰੋਵਾਈਡ ਕੀਤੇ ਜਾ ਰਹੇ ਆ? ਇਹ ਤਾਂ ਇਹਨਾਂ ਨੂੰ ਹੋਸਪਿਟਲ ਸਾਈਡ ਤੋਂ, ਜਿਹਨਾਂ ਨੂੰ ਮੈਂ ਤਾਂ ਕਿਹਾ ਹੋਇਆ ਵੀ ਵਾਰਡ ਦੇ ਵਿੱਚ ਜੋ ਤੁਹਾਨੂੰ ਪ੍ਰੋਟੈਕਟਿਵ ਮੈਜਰਸ ਮਿਲਦੇ ਆ ਉਹਦੇ ਅਕੋਰਡਿੰਗ ਹੀ ਤੁਸੀਂ ਕੰਮ ਕਰਨਾ, ਨਹੀਂ ਕੰਮ ਨਹੀਂ ਕਰਨਾ ਹੈਗਾ, ਕਿ ਪਹਿਲਾਂ ਆਪਣੀ ਸੇਫਟੀ ਜ਼ਰੂਰੀ। ਪਰ ਅੰਦਰ ਸਟਾਫ ਇਹਨਾਂ ਨੂੰ ਨਾ ਪ੍ਰੋਟੈਕਸ਼ਨ ਕੋਈ ਦਿੰਦਾ, ਨਾ ਕੋਈ ਗਲਵਸ ਵਗੈਰਾ ਦਿੰਦਾ, ਨਾ ਕੁਛ ਮਾਸਕ ਵਗੈਰਾ ਦਿੰਦਾ ਅੰਦਰ? ਇਹਨਾਂ ਨੇ ਬੱਚਿਆਂ ਨੇ ਅੱਜ ਹੀ ਦੱਸਿਆ ਜੀ, ਪਹਿਲਾਂ ਨਹੀਂ ਦੱਸਿਆ ਸੀ, ਇੱਕ ਵਾਰੀ ਪਹਿਲਾਂ ਪ੍ਰੋਬਲਮ ਹੋਈ ਸੋ ਇਹਨਾਂ ਦੀ ਸੋਲਵ ਹੋ ਗਈ ਸੀ, ਅਤੇ ਅੱਜ ਮੈਨੂੰ ਦੱਸ ਦਿੰਦੇ ਆ, ਅਤੇ ਮੈਂ ਕੋਈ ਨਾ ਕੰਮ ਐੱਮ ਐੱਸ ਮੈਡਮ ਮੈਂ ਇਹਨਾਂ ਦਾ ਕਹਿਣਾ ਕਿ ਪਹਿਲੇ ਐਪਲੀਕੇਸ਼ਨ ਦਿੱਤੀ ਹੈ ਸੀ, ਪਹਿਲਾਂ ਇਹਨਾਂ ਨੇ ਗੱਲ ਕੀਤੀ ਸੀ, ਉਹ ਇਹਨਾਂ ਦੀ ਪ੍ਰੋਬਲਮ ਜਿਹੜੀ ਸੋਲਵ ਹੋ ਗਈ ਸੀ ਇੱਕ ਵਾਰੀ। ਬਾਕੀ ਗਵਰਨਮੈਂਟ ਇੰਸਟੀਚਿਊਟ ਹੈ ਜੀ, ਜੋ ਗਵਰਨਮੈਂਟ ਦੀਆਂ ਗਾਈਡਲਾਈਨਸ ਨੇ ਅਸੀਂ ਉਹਨਾਂ ਦੇ ਅਕੋਰਡਿੰਗ ਚੱਲਣਾ। ਤੁਹਾਡੇ ਵੱਲੋਂ ਤੁਸੀਂ ਕੀ ਕਿਸ ਤਰ੍ਹਾਂ ਦਾ ਤੁਸੀਂ ਕੀ ਸਪੋਰਟ ਕਰ ਰਹੇ ਹੋ ਬੱਚਿਆਂ ਨੂੰ? ਮੈਂ ਬੱਚਿਆਂ ਦੀ ਸਪੋਰਟ ਇਹੀ ਕਰਦੀ ਹਾਂ, ਬੱਚੇ ਪ੍ਰੋਟੈਕਟਿਵ ਮੈਜਰਸ ਪਾ ਕੇ ਫਿਰ ਹੀ ਕੰਮ ਕਰਦੇ। ਮੈਂ ਇੱਕ ਹੋਰ ਹੈ ਜੀ, ਬੱਚਿਆਂ ਨੂੰ ਕਿਹਾ ਜਾ ਰਿਹਾ ਕਿ ਮੀਡੀਆ ਦੇ ਅੱਗੇ ਅਗਰ ਬੋਲੋਗੇ ਤੇ ਤੁਹਾਨੂੰ ਟਰਮੀਨੇਟ ਕਰ ਦਿੱਤਾ ਜਾਏਗਾ। ਨਹੀਂ ਨਹੀਂ ਸਾਰੇ ਦਾ ਕੋਈ ਗੱਲ ਨਹੀਂ। ਪਟਿਆਲੇ ਤੋਂ ਕਮਲਜੀਤ ਦੀ ਰਿਪੋਰਟ।